ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਧ ਸੰਗਤ ਜੀਓ, ਰੱਖੜੀ ਸਾਡਾ ਤਿਉਹਾਰ ਨਹੀਂ। ਸਾਧ ਸੰਗਤ, ਹਜ਼ੂਰ ਸਾਹਿਬ ਵਾਲੇ ਬਾਬਾ ਕੁਲਵੰਤ ਸਿੰਘ ਜੀ ਨੇ ਇਸ ਨੂੰ ਪਖੰਡ ਦੱਸਿਆ, ਕਿਉਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਪੰਡਤਾਂ ਦੇ ਦੁਆਰਾ। ਇਹ ਆਪਾਂ ਕੁਝ ਬੇਨਤੀਆਂ ਸਾਂਝੀਆਂ ਜ਼ਰੂਰ ਕਰਨੀਆਂ ਨੇ। ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਇੱਕ ਆਪਾਂ ਚੀਜ਼ ਵੇਖ ਰਹੇ ਹਾਂ ਕਿ ਹੁਣ ਰੱਖੜੀਆਂ ਦਾ ਰੁਝਾਨ ਜਾਰੀ ਹੈ। ਰੱਖੜੀਆਂ ਜਿਹੜੀਆਂ ਨੇ ਧੜਾਧੜ ਬਾਜ਼ਾਰ ਦੇ ਵਿੱਚ ਆ ਚੁੱਕੀਆਂ ਨੇ ਅਤੇ ਵਿਕ ਰਹੀਆਂ ਨੇ। ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਰਹੀਆਂ ਨੇ। ਚਲੋ ਠੀਕ ਹੈ ਜੀ, ਜੀ ਸੱਦ ਕੇ ਰੱਖੜੀਆਂ ਬੰਨਣ, ਜੀ ਸੱਦ ਕੇ ਖਰੀਦਣ, ਜੋ ਵੀ ਹੈ ਉਹ ਇੱਕ ਵੱਖਰਾ ਵਿਸ਼ਾ, ਪਰ ਗੁਰਮਤਿ ਨੇ ਇਹ ਚੀਜ਼ ਨੂੰ ਪ੍ਰਵਾਨ ਨਹੀਂ ਕੀਤਾ। ਸਿੱਖਾਂ ਦੇ ਵਿੱਚ ਰੱਖੜੀ ਦੀ ਕੋਈ ਮਨੌਤ ਨਹੀਂ ਹੈਗੀ, ਪਹਿਲੀ ਗੱਲ ਇਹ। ਦੂਜੀ ਗੱਲ ਇਹ, ਜਿਹੜੇ ਕਹਿੰਦੇ ਆ ਵੀ ਗੁਰੂ ਨਾਨਕ ਸਾਹਿਬ ਨੇ ਰੱਖੜੀ ਬਣਵਾਈ, ਸਾਧ ਸੰਗਤ ਉਹ ਲੋਕਾਂ ਕੋਲ ਕਿਸੇ ਪ੍ਰਕਾਰ ਦੀ ਜੇ ਕੋਈ ਲਿਖਤ ਹੈ ਤਾਂ ਜ਼ਰੂਰ ਵਿਖਾਈ ਜਾਵੇ, ਪਰ ਤਸਵੀਰ ਨੂੰ ਇਹ ਮਾਨਤਾ ਨਾ ਦਿੱਤੀ ਜਾਵੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰੱਖੜੀ ਬਣਵਾਈ। ਸਾਧ ਸੰਗਤ, ਜੇ ਅਸੀਂ ਤਸਵੀਰ ਨੂੰ ਮਾਨਤਾ ਦੇ ਦਿੱਤੀ, ਕੱਲ੍ਹ ਨੂੰ ਲੋਕਾਂ ਨੇ ਹੋਰ ਤਸਵੀਰਾਂ ਬਣਾ ਕੇ ਸ਼ੁਰੂ ਕਰ ਦੇਣੇ ਨੇ ਪਖੰਡ, ਅਤੇ ਜਿਨ੍ਹਾਂ ਤੋਂ ਸਿੱਖੀ ਨੇ ਹਮੇਸ਼ਾ ਇਨਸਾਨ ਨੂੰ ਰੋਕਿਆ, ਗੁਰਮਰਜ਼ਾਦਾ ਨੇ ਰੋਕਿਆ, ਅਤੇ ਕੱਲ੍ਹ ਨੂੰ ਉਹ ਚੀਜ਼ਾਂ ਦੇ ਵਿੱਚ ਚਿੱਤਰ ਬਣਾ ਕੇ ਪੇਸ਼ ਹੋਣੇ ਸ਼ੁਰੂ ਹੋ ਜਾਣਗੇ ਵੀ ਆਹ ਵੇਖੋ ਜੀ ਇੱਦਾਂ ਚੱਲ ਰਿਹਾ ਸਭ ਕੁਛ। ਬਾਬਾ ਕੁਲਵੰਤ ਸਿੰਘ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ, ਮੈਂ ਉਹਨਾਂ ਦੀ ਇੱਕ ਵੀਡੀਓ ਵੇਖ ਰਿਹਾ ਸੀ। ਉਹ ਕਹਿੰਦੇ ਜਿਹੜੇ ਲੋਕ ਗੁਰਮਤਿ ਤੋਂ ਥਿੜਕ ਗਏ ਉਹ ਲੋਕ ਸੰਸਾਰ ਦੇ ਨਾਲ ਜੁੜ ਗਏ, ਉਹਨਾਂ ਨੂੰ ਸੰਸਾਰ ਦੀਆਂ ਰੋਹ ਰੀਤਾਂ ਚੰਗੀਆਂ ਲੱਗਣ ਲੱਗ ਪਈਆਂ, ਪਰ ਜਿਹੜੇ ਲੋਕ ਗੁਰੂ ਦੇ ਨਾਲ ਜੁੜੇ ਨੇ ਉਹਨਾਂ ਨੂੰ ਗੁਰਮਰਜ਼ਾਦਾ ਹੀ ਚੰਗੀ ਲੱਗਦੀ ਹੈ, ਗੁਰਮਰਜ਼ਾਦਾ ਹੀ ਭਾ ਰਹੀ ਹੈ। ਪਰ ਪਿਆਰਿਓ, ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਗੁਰਮਰਜ਼ਾਦਾ ਉਹਨਾਂ ਨੂੰ ਚੰਗੀ ਲੱਗਦੀ ਹੈ ਜਿਹੜੇ ਗੁਰੂ ਦੇ ਹੋ ਗਏ, ਜਿਹੜੇ ਹਾਲੇ ਤੱਕ ਗੁਰੂ ਦੇ ਨਹੀਂ ਹੋਏ, ਨਿਗੁਰੇ ਨੇ, ਅਤੇ ਪਿਆਰਿਓ ਉਹ ਸੰਸਾਰਕ ਰੀਤਾਂ ਨੂੰ ਹਾਲੇ ਤੱਕ ਨਿਭਾ ਰਹੇ ਨੇ। ਪਿਆਰਿਓ, ਅੱਜ ਇੱਕ ਗੁੱਟ 'ਤੇ ਰੱਖੜੀ ਬੰਨ੍ਹ ਕੇ ਕੀ ਸਾਬਤ ਕਰ ਲਾਂਗੇ ਵੀ ਹਾਂ ਰੱਖੜੀ ਦਾ ਤਿਉਹਾਰ ਮਨਾ ਲਿਆ, ਵਾਹ ਜੀ ਵਾਹ, ਭਾਈ ਸਾਡਾ ਨਸ਼ਿਆਂ 'ਚ ਹੈ, ਅਤੇ ਭੈਣ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਕੇ ਕੀ ਹੋ ਰਿਹਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਲੋੜ ਹੈ ਇਹਨਾਂ ਚੀਜ਼ਾਂ ਨੂੰ ਕੰਟਰੋਲ 'ਚ ਕਰਨ ਦੀ, ਲੋੜ ਹੈ ਆਪਣੇ ਆਪ ਨੂੰ ਪਹਿਚਾਨਣ ਦੀ, ਲੋੜ ਹੈ ਆਪਣੀ ਸਹੀ ਮਿਹਨਤ ਕਰਕੇ ਆਪਣੀ ਭੀੜ ਵਿੱਚੋਂ ਪਹਿਚਾਣ ਬਣਾਉਣ ਦੀ। ਸਾਧ ਸੰਗਤ, ਗਲਤ ਤਰੀਕਿਆਂ ਨਾਲ ਪਹਿਚਾਣ ਬਣਾਉਣ ਦੀ ਦੌੜ ਚੱਲੀ ਹੋਈ ਹੈ। ਕੋਈ ਕਿਵੇਂ ਲੱਗਿਆ ਹੋਇਆ, ਕੋਈ ਕਿਵੇਂ ਲੱਗਿਆ ਹੋਇਆ, ਕੋਈ ਕਿਸ ਪ੍ਰਕਾਰ ਲੱਗਿਆ, ਕੋਈ ਕਿਵੇਂ ਦਾ ਰੁਤਬਾ ਬਣਾ ਰਿਹਾ, ਕੋਈ ਕਿਵੇਂ ਦਾ ਬਣਾ ਰਿਹਾ, ਹਰ ਕੋਈ ਆਪਣੇ ਆਪਣੇ ਹਿਸਾਬ ਦੇ ਨਾਲ ਲੱਗਿਆ ਹੋਇਆ। ਸਾਧ ਸੰਗਤ, ਇਹ ਗੱਲ ਯਾਦ ਰੱਖਿਓ ਵੀ ਹਰ ਇੱਕ ਦੇ ਮਨ ਦੇ ਵਿੱਚ ਇਹ ਹੈ ਵੀ ਮੇਰਾ ਫੇਸ ਕਲੀਅਰ ਕੱਟ ਹੋਵੇ, ਮੇਰਾ ਵੱਖਰਾ ਨਾਮ ਹੋਵੇ, ਅਤੇ ਮੇਰਾ ਇਹੋ ਜਿਹਾ ਨਾਮ ਹੋਵੇ ਜਿਹੜਾ ਅੱਜ ਤੱਕ ਕਿਸੇ ਦਾ ਨਹੀਂ ਬਣਿਆ, ਲੋਕ ਮੈਨੂੰ ਜਾਣਨ, ਮੈਨੂੰ ਪਹਿਚਾਨਣ, ਚਾਹੇ ਉਹ ਸੋਸ਼ਲ ਮੀਡੀਆ 'ਤੇ ਗੰਦ ਪਾ ਕੇ ਕਿਉਂ ਨਾ ਹੋਵੇ। ਆਹ ਭੀੜ ਚੱਲੀ ਹੋਈ ਹੈ ਜੀ। ਸਾਧ ਸੰਗਤ, ਰੱਖੜੀ ਮਨਾਉਣ ਦਾ ਅਸਲ ਤਰੀਕਾ ਕਿਹੜਾ? ਆਪਣੇ ਆਪ ਨੂੰ ਸਹੀ ਮਾਇਨਿਆਂ ਦੇ ਵਿੱਚ ਸਹੀ ਕਰਕੇ, ਆਪਣੇ ਘਰ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਸਾਂਝ ਪਿਆਰ ਦਿਲੋਂ ਜਾਰੀ ਕਰਕੇ, ਇਹ ਨਾ ਹੋਵੇ ਸਾਰਾ ਸਾਲ ਅਸੀਂ ਲੜਦੇ ਰਹੀਏ, ਦੇਖ ਕੇ ਸਕਾਈਏ ਨਾ, ਅਤੇ ਇੱਕ ਦਿਨ ਇੱਕ ਦੋ ਘੰਟੇ ਲਈ ਰੱਖੜੀ ਬੰਨ੍ਹ ਕੇ ਪਿਆਰ ਜਤਾ ਦੀਏ, ਵਾਹ ਜੀ ਵਾਹ ਹੋ ਗਿਆ ਤਿਉਹਾਰ ਮਨਾ ਲਿਆ, ਵਾਹ ਜੀ ਵਾਹ। ਅਤੇ ਸਾਧ ਸੰਗਤ, ਇਹ ਗੱਲ ਹਮੇਸ਼ਾ ਯਾਦ ਰੱਖਿਓ। ਔਰ ਹਾਂ, ਆਪਣੀਆਂ ਭੈਣਾਂ ਨੂੰ ਜਿਹੜਾ ਦੇਣਾ ਲੈਣਾ ਉਹ ਤਾਂ ਸਾਰਾ ਸਾਲ ਹੀ ਨਹੀਂ ਮੁੱਕਦਾ ਹੁੰਦਾ, ਆਪਣੀਆਂ ਭੈਣਾਂ ਨੂੰ ਆਪਾਂ ਆਪਣੀਆਂ ਧੀਆਂ ਨੂੰ ਦੇਣਾ ਲੈਣਾ ਕਰਦੇ ਰਹਿੰਦੇ ਹਾਂ ਸਮੇਂ ਸਮੇਂ 'ਤੇ। ਪਰ ਸਾਧ ਸੰਗਤ, ਜਿਹੜੇ ਲੋਕ ਕਹਿੰਦੇ ਆ ਜੀ ਰੱਖੜੀ 'ਤੇ ਭੈਣ ਨੂੰ ਦੇਣ ਦੀ ਬਜਾਏ ਪੈਸਾ ਟੁੱਕਰ, ਇਹ ਲੋਕ ਰੱਖੜੀ ਨੂੰ ਖੰਡਿਤ ਕਰ ਰਹੇ ਨੇ। ਸਾਧ ਸੰਗਤ, ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਨਾ ਚਾਹੁੰਦਾ ਕਿ ਤੁਸੀਂ ਆਪਣੀਆਂ ਭੈਣਾਂ ਨੂੰ ਜਾਂ ਧੀਆਂ ਨੂੰ ਕੀ ਕੁਝ ਦੇ ਦਿੱਤਾ ਰੱਖੜੀ ਤੋਂ ਇਲਾਵਾ? ਪਹਿਲਾਂ ਇਸ ਚੀਜ਼ ਦਾ ਜਿਹੜਾ ਹੈ ਧਿਆਨ ਕਰੀਏ।
ਸਾਧ ਸੰਗਤ ਰੱਖੜੀ ਤੇ ਵੱਧ ਤੋਂ ਵੱਧ 500 ਦੇ ਦਾਂਗੇ, 1000 ਦੇ ਦਾਂਗੇ, 2000, 2100, 4400 ਦੇ ਦਾਂਗੇ। ਤੇ ਸਾਧ ਸੰਗਤ ਇੱਕ ਦਿਨ ਭੈਣ ਨੂੰ ਉਹ ਸਭ ਕੁਝ ਦੇ ਕੇ ਅਸੀਂ ਪੂਰੇ ਸਾਲ ਦਾ ਫਿਰ ਜਿਹੜਾ ਰਜਿਸਟਰ ਕਰਵਾ ਲਿਆ। ਦੁੱਖ ਸੁੱਖ ਦੇ ਵਿੱਚ ਖੜਨਾ ਇਹ ਸਭ ਤੋਂ ਵੱਡੀ ਪਹਿਲ ਹੁੰਦੀ ਹੈ ਪਿਆਰਿਓ। ਤੇ ਹਾਲਾਂਕਿ ਦੁੱਖ ਸੁੱਖ ਦੇ ਸਾਂਝੀ ਬਣੀਏ, ਇਹ ਘੰਟੇ ਦੋ ਘੰਟੇ ਲਈ ਧਾਗੇ ਦਾ ਪਿਆਰ ਬੰਨ ਕੇ ਅਸੀਂ ਇਹ ਨਾ ਕਹੀਏ ਵੀ ਵਾਜਿਬਾ ਤਿਉਹਾਰ ਮਨਾ ਲਿਆ, ਪਤਾ ਨਹੀਂ ਅਸੀਂ ਕਿੱਡਾ ਕੁ ਤੀਰ ਮਾਰ ਦਿੱਤਾ। ਆਪਣੇ ਰਿਸ਼ਤਿਆਂ ਨੂੰ ਜੋੜੀਏ, ਆਪਣੇ ਰਿਸ਼ਤਿਆਂ ਨੂੰ ਨਿਭਾਈਏ, ਸਭ ਤੋਂ ਵੱਡੀ ਗੱਲ ਇਹ ਆ। ਸਤ ਸੰਗਤ, ਸਿੱਖਾਂ ਦਾ ਰੱਖੜੀ ਨਾਲ ਕੋਈ ਸੰਬੰਧ ਨਹੀਂ। ਫਿਰ ਮੈਂ ਬੇਨਤੀ ਕਰ ਦੇਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।